Like the video, subscribe to the channel and press the bell icon for latest video update. देखो सिद्धू साहब नूं कोई जानकारी तो है नहीं जिहड़ी उन्होंने दसी होवे या शेयर कीती होवे कि लग जाना। सिद्धू साहब ने अपना खदशा जाहिर किया है, खदशा कैप्टन साहब के गवर्नमेंट के वतीरे तो किया उन्हें। जे कैप्टन साहब की गवर्नमेंट के वतीरे च उन्होंने महसूस होंदा है कि वह इहो जिहा स्कोप दे रहे हैं गवर्नमेंट ऑफ इंडिया नूं कि प्रेजिडेंट रूल ला दें, तो मैं पता नहीं किहड़ा हैगा उन्हां कोल जानकारी। उन्होंने ही सवाल किया जा सकता, उही दस सकते हैं कि लगता उन्होंने की कैप्टन अमरिंदर की गवर्नमेंट ने प्रॉब्लम क्रिएट की है, लॉ एंड ऑर्डर की है, जिसे लग सकता गवर्नर महसूस करते होने ही क्या उन्होंने सिद्धू। बाकी सिद्धू साहब का भी रब रख ही है बाजी। अज ही अखबार के डेटा आया है जी एस टी का, हाँ जी, पंजाब की जी एस टी पिछले साल नालों ग्रोथ हुई है 12-13% के शायद 20%। हाँ जी, पर जिहड़ी पंजाब की गरंटीड मनी है जिहड़ी पहले 5-7 सरकार ने देनी सी ਉਹਦੇ ਨਾਲ ਕੰਪੇਅਰ ਕਰੀਏ ਤਾਂ 40% ਰੈਵਨਿਊ ਡਾਊਨ ਹੈ। 40% ਤਾਂ ਬਹੁਤ ਵੱਡਾ ਡਾਊਨ ਹੈ, ਬਹੁਤ ਵੱਡਾ। ਐਂਡ ਸਾਲ ਭਰ ਦਾ ਦੇਖ ਲਓ, ਸਾਲ ਭਰ ਦੇ ਵਿੱਚ ਵੀ 46% ਡਾਊਨ ਹੈ। ਦਰਸ਼ਕੋ, ਕਿਸਾਨਾਂ ਦੀ ਅੱਜ ਮੀਟਿੰਗ ਸੀ ਸਰਕਾਰ ਨਾਲ, ਹੁਣ ਤੋਂ ਥੋੜੀ ਦੇਰ ਪਹਿਲੇ ਪਤਾ ਲੱਗੀ ਆ ਬਿਲਕੁਲ ਫਲੌਪ ਹੋ ਗਈ ਆ ਸਰਕਾਰ, ਆਪਣੀ ਅੜੀ ਤੇ ਅੜੀਓ ਹੈਗੀ ਆ। ਉਹਦੇ ਕਰਕੇ ਪੰਜਾਬ ਵਿੱਚ ਜਦੋਂ ਵੀ ਬੀਜੇਪੀ ਲੀਡਰਸ਼ਿਪ ਕੋਈ ਰੈਲੀ ਜਾਂ ਪਿੱਛੋਂ ਕਿਸਾਨ ਇਕੱਠੇ ਹੋ ਕੇ ਰੋਕਦੇ ਹੈਗੇ ਆ, ਇਸੇ ਸੰਬੰਧ ਵਿੱਚ ਪੰਜਾਬ ਦੇ ਗਵਰਨਰ ਬਦਨੌਰ ਸਾਹਿਬ ਨੇ ਚੀਫ ਸੈਕਟਰੀ ਤੇ ਡੀ ਜੀ ਪੀ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਸੀ, ਜਿਹਦਾ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਵੀ ਗਵਰਨਰ ਸਾਹਿਬ ਮੈਨੂੰ ਬੁਲਾਉਣ ਤੇ ਮੇਰੇ ਅਫਸਰਾਂ ਨੂੰ ਸਿੱਧਾ ਕਿਵੇਂ ਬੁਲਾ ਸਕਦੇ ਹੈਗੇ ਆ। ਸੋ ਇਹ ਇੱਕ ਬੜਾ ਇੱਕ ਅਫਸਰ ਵਿਚਾਰੇ ਕੀ ਕਰਨ, ਉਹ ਤਾਂ ਸੀ ਐਮ ਬੀ ਲਈ ਵੀ ਅਨਸਰੇਬਲ ਆ, ਗਵਰਨਰ ਲਈ ਵੀ ਉਨੇ ਅਨਸਰੇਬਲ ਹੈਗੀ ਆ। ਸੋ ਇੱਕ ਉਧਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈਗਾ ਬੀਜੇਪੀ ਵਾਲੇ ਜਿਹੜੇ ਗਵਰਨਰ ਨੂੰ ਅਨਸੈਸਰੀ ਆ, ਜਿਹੜਾ ਗਵਰਨਰ ਦੇ ਆਫਿਸ ਨੂੰ ਇਹਦੇ ਵਿੱਚ ਕੰਟਰੋਵਰਸੀ ਵਿੱਚ ਪਾ ਰਹੇ ਹੈਗੇ। ਇਹ ਪੂਰਾ ਘਟਨਾਕ੍ਰਮ ਕੀ ਹੈਗਾ ਇਹਦੇ ਬਾਰੇ ਅਸੀਂ ਆਨਲਾਈਨ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਤੋਂ ਆਨਲਾਈਨ ਜੁੜੇ ਨੇ ਸ੍ਰੀ ਹਰੀਸ਼ ਰਾਏ ਢਾਂਡਾ ਜੀ, ਜੋ ਕਿ ਸਾਬਕਾ ਐਮ ਐਲ ਏ ਨੇ, ਅਕਾਲੀ ਦਲ ਬਾਦਲ ਗਰੁੱਪ ਦੇ ਜਨਰਲ ਸੈਕਟਰੀ ਆ, ਸਟੇਟ ਦੇ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਹੈਗੇ ਆ ਤੇ ਮੌਜੂਦਾ ਸਮੇਂ ਮੈਂਬਰ ਆ। ਢਾਂਡਾ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਥੈਂਕ ਯੂ ਸਰ। ਬੜੀ ਅਨਫੋਰਚੁਨੇਟ, ਅੱਜ ਥੋੜੀ ਜਿਹੀ ਆਸ ਕੀਤੀ ਜਾਂਦੀ ਸੀ ਵੀ ਸ਼ਾਇਦ ਕਿਸਾਨਾਂ ਤੇ ਸਰਕਾਰ ਵਿਚਾਰੇ ਇੱਕ ਕੰਸੈਂਸਸ ਹੋ ਕੇ ਕੋਈ ਨਾ ਕੋਈ ਹਾਲਾਤ ਨੋਰਮਲ ਹੋ ਜਾਂਦੇ। ਮੈਨੂੰ ਲੱਗਦਾ ਇਹ ਕਾਫੀ ਕੁਛ ਹਜੇ ਲੰਬਾ ਟਾਈਮ ਲੱਗੇਗਾ। ਚਲੋ ਉਹ ਤਾਂ ਇੱਕ ਅਲੱਗ ਚੀਜ਼ ਹੈਗੀ। ਜੇ ਆਪਾਂ ਸਟੇਟ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਤੇ ਗਵਰਨਰ ਆਫਿਸ ਵਿੱਚ ਕਿ ਪੂਰੀ ਤਰ੍ਹਾਂ ਖੜ ਗਈ ਹੈਗੀ, ਉਹ ਓਪਨ ਮਤਲਬ ਸਭ ਕੁਛ ਹੋ ਗਿਆ ਹੈਗਾ, ਜਿਹੜਾ ਕਿ ਇਸ ਤਰ੍ਹਾਂ ਇੱਕ ਅੱਛਾ ਨਹੀਂ ਲੱਗਦਾ ਹੈਗਾ। ਦੋ ਵੱਡੀਏ ਜਿਹੜੇ ਹੈਗੇ ਸਟੇਟ ਨੂੰ ਕੰਟਰੋਲ ਜਿਹੜੇ ਕਰਦੇ ਹੈਗੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਗਵਰਨਰ ਸਾਹਿਬ ਅਫਸਰਾਂ ਨੂੰ ਸਿੱਧੇ ਬੁਲਾ ਸਕਦੇ ਕਿ ਜਾਂ ਉਹਨਾਂ ਨੂੰ ਐਜ਼ ਏ ਪ੍ਰੋਟੋਕੋਲ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਉਣਾ ਚਾਹੀਦਾ ਸੀ? ਪਹਿਲੀ ਗੱਲ ਤਾਂ ਭਰਜ ਸਾਹਿਬ, ਇਹ ਆਫਿਸਰ ਪੰਜਾਬ ਸਰਕਾਰ ਦੇ ਆ, ਕੈਪਟਨ ਅਮਰਿੰਦਰ ਸਿੰਘ ਦੇ ਨਹੀਂ ਹੈ। ਬਹੁਤ ਵੱਡਾ ਭੁਲੇਖ ਹੈ ਕੈਪਟਨ ਅਮਰਿੰਦਰ ਸਿੰਘ। ਬਿਲਕੁਲ ਠੀਕ ਹੈ ਜੀ। ਇਹ ਚੀਫ ਸੈਕਟਰੀ ਤੇ ਡੀ ਜੀ ਪੀ ਕੌਂਸਟੀਟਿਊਸ਼ਨ ਦੇ ਵਿੱਚ ਪ੍ਰੋਵਾਈਡਿਡ ਹੈ। ਹਾਂਜੀ। ਐਂਡ ਗਵਰਨਰ ਦੀ ਵੀ ਕੌਂਸਟੀਟਿਊਸ਼ਨਲ ਹੈਡ ਹੈ, ਪ੍ਰੋਵਾਈਡਿਡ ਹੈ। ਚੀਫ ਮਿਨਿਸਟਰ ਵੀ ਹੈ, ਉਹ ਵੀ ਕੌਂਸਟੀਟਿਊਸ਼ਨਲ ਦੀ ਪ੍ਰਣਾਲੀ ਦੇ ਵਿੱਚ ਡਿਫਾਈਨਡ ਹੈ ਕਿ ਐਵਰੀ ਸਟੇਟ ਸ਼ੈਲ ਹੈਵ ਅ ਚੀਫ ਮਿਨਿਸਟਰ ਐਂਡ ਹਿਸ ਕੌਂਸਲ ਆਫ ਮਿਨਿਸਟਰਸ। ਹਾਂਜੀ। ਨਾਓ ਗਵਰਨਰ ਕੈਨ ਸੈਂਡ ਹਿਸ ਓਨ ਰਿਪੋਰਟਸ ਟੂ ਦੀ ਪ੍ਰੈਜ਼ੀਡੈਂਟ, ਕੀਪ ਹਿਮ ਇਨਫੋਰਮ ਅਬਾਊਟ ਐਵਰੀ ਐਸਪੈਕਟ, ਪਰਟੀਕੁਲਰਲੀ ਲਾਅ ਐਂਡ ਆਰਡਰ ਸਿਚੁਏਸ਼ਨ। ਹਾਂਜੀ ਹਾਂਜੀ। ਜੇ ਉਹਦੇ ਲਈ ਉਹ ਲਿਖਤੀ ਰਿਪੋਰਟ ਮੰਗ ਸਕਦੇ ਹੈ ਤਾਂ ਅਫਸਰਸ ਨੂੰ ਬੁਲਾ ਕੇ ਕਿਉਂ ਨਹੀਂ ਡਿਸਕਸ ਕਰ ਸਕਦੇ? ਇਹਦੇ ਚ ਮੈਂ ਤਾਂ ਨਹੀਂ ਕੋਈ ਆਪੱਤੀ ਸਮਝਦਾ। ਹਾਂਜੀ ਹਾਂਜੀ। ਜੇ ਉਹ ਡਾਇਰੈਕਸ਼ਨਸ ਦਿੰਦੇ ਆ ਕੋਈ ਅਫਸਰਸ ਨੂੰ ਬੁਲਾ ਕੇ ਕੁਝ ਐਕਟ ਕਰਨ ਦੀ, ਕੰਮ ਕਰਨ ਦੀ, ਉਹ ਆਪੱਤੀਜਨਕ ਹੋ ਸਕਦਾ, ਉਹ ਨਹੀਂ ਦੇ ਸਕਦਾ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਬਾਈਪਾਸ ਕੀਤਾ ਹੈਗਾ ਨਾ। ਮੰਨ ਲਓ ਉਹਨਾਂ ਕੋਲ ਕੋਈ ਲਾਅ ਜਾਂਦਾ ਸਟੇਟ ਦਾ, ਐਡਵੋਕੇਟ ਜਨਰਲ ਨੂੰ ਬੁਲਾ ਲਿਆ।
ਕਨਸਟੀਟਿਊਸ਼ਨ ਦੇ ਵਿੱਚ ਬੜੀ ਕਲੈਰਿਟੀ ਦੇ ਨਾਲ ਡਿਫਾਈਨੇਸ਼ਨ ਨਹੀਂ ਡੈਫੀਨੇਸ਼ਨ ਨਹੀਂ ਕੀਤੀ ਗਈ ਕਿ ਗਵਰਨਰ ਕੀ ਰੋਲ ਕਰੂਗਾ, ਬਟ ਇਹ ਸਟੇਟ ਕੀਤਾ ਗਿਆ ਕਿ ਗਵਰਨਰ ਇਜ਼ ਅ ਕਨਸਟੀਟਿਊਸ਼ਨਲ ਹੈਡ ਆਫ ਦਿਸ ਸਟੇਟ ਐਂਡ ਸਟੇਟ ਸਟੇਟ ਦੇ ਜਿੰਨੇ ਕੰਮ ਕਾਜ ਹੁੰਦੇ ਆ ਔਨ ਦੀ ਇਨ ਦੀ ਨੇਮ ਆਫ ਗਵਰਨਰ ਹੁੰਦੇ ਆ ਐਂਡ ਜਿੰਨੀ ਸਟੇਟ ਦੀ ਰਿਪੋਰਟ ਅਸੈਂਬਲੀ ਚ ਪੜ੍ਹਨੀ ਹੁੰਦੀ ਆ ਉਹ ਗਵਰਨਰ ਸਾਹਿਬ ਪੜ੍ਹਦੇ ਆ, ਉਹ ਡਰਾਫਟ ਹੋ ਕੇ ਇਹੀ ਕੈਪਟਨ ਸਾਹਿਬ ਦੇ ਅਫਸਰ ਬਣਾ ਕੇ ਉਹਨਾਂ ਨੂੰ ਦੇਖੇ ਜਾਂਦੇ ਜਿਹੜੀ ਉਹ ਪੜ੍ਹਦੇ ਆ। ਦੇਖੋ ਰੋਲ ਬੜਾ ਲਿਮਿਟਿਡ ਹੈ, ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਐਗਜ਼ੈਕਟਿਵ ਫੰਕਸ਼ਨ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੇ, ਪਰ ਉਹ ਆਪਣੀ ਜਾਣਕਾਰੀ ਹਾਸਲ ਕਰਨ ਲਈ ਜੇ ਅਫਸਰ ਨੂੰ ਬੁਲਾਉਂਦੇ ਆ ਤਾਂ ਮੈਂ ਸਮਝਦਾ ਇਹਦੇ ਚ ਕੋਈ ਦਿੱਕਤ ਨਹੀਂ ਹੈ, ਆਪੱਤੀ ਨਹੀਂ ਹੈ। ਇਹ ਇਸ ਕਿਸਮ ਦਾ ਇੰਨਾ ਟਫ ਸਟੈਂਡ ਬਣਾਉਣਾ ਇਹਦੇ ਵਿੱਚ ਸਟੇਟ ਦਾ ਇੰਟਰਸਟ ਨਹੀਂ ਹੋਊਗਾ, ਫੈਡਰਲ ਸਟਰਕਚਰ ਦਾ ਇੰਟਰਸਟ ਨਹੀਂ ਹੋਊਗਾ ਐਂਡ ਕੈਪਟਨ ਸਾਹਿਬ ਦੀ ਆਪਣੀ ਸਰਕਾਰ ਦੇ ਇੰਟਰਸਟ ਵੀ ਨਹੀਂ ਹੋਊਗਾ। ਇਹਦਾ ਪੋਲੀਟੀਕਲ ਰਿਪੀਅਰ ਜੇ ਮੰਨ ਲਓ ਕਿਤੇ ਕੈਪਟਨ ਸਾਹਿਬ ਨੂੰ ਇਹ ਫੀਲ ਹੋਇਆ, ਹਾਲਾਂ ਕੈਪਟਨ ਸਾਹਿਬ ਡਿਊਲੀ ਰਿਪ੍ਰੈਜੈਂਟਡ ਸੀਐਮ ਸਟੇਟ ਦੇ ਹੈਗੇ ਆ, ਉਹ ਖੁਦ ਵੀ ਗਵਰਨਰ ਸਾਹਿਬ ਕੋਲ ਜਾ ਕੇ ਇੱਕ ਕਿਸਮ ਦੀ ਇਨਫੋਰਮਲ ਮੀਟਿੰਗ ਕਰਕੇ ਪੁਆਇੰਟ ਰੇਜ ਕਰ ਸਕਦੇ ਸੀ। ਮੀਡੀਆ ਵਿੱਚ ਉਹਨਾਂ ਨੇ ਕਿਹਾ ਹੈਗਾ ਵੀ ਜੇ ਟਾਵਰ ਜਿਹੜੇ ਹੈਗੇ ਆ ਉਹ ਇਹਨਾਂ ਨੇ ਕੁਛ ਕਿਸਾਨਾਂ ਨੇ ਅੱਗ ਵਗੈਰਾ ਲਾਈ ਸੀ ਉਹ ਤਾਂ ਰਿਪੇਅਰ ਹੋ ਸਕਦੇ ਹੈਗੇ, ਵੀ ਵਟ ਅਬਾਊਟ ਜਿਹੜੇ ਸਾਡੇ ਕਿਸਾਨ ਵਰਗੇ ਹੈਗੇ, ਉਹਨੂੰ ਪੋਲੀਟੀਕਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ, ਇਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਕਲੀਅਰ ਹੈ, ਪੋਲੀਟੀਕਲ ਅਪਮੈਨਸ਼ਿਪ ਹੈ ਜਿਹੜੀ ਗੱਲਾਂ ਕਰ ਰਹੇ ਹਾਂ। ਟਾਵਰ ਇੱਕ ਸਟੇਟ ਐਗਜ਼ੈਕਟਿਵ ਦੇ ਹੈੱਡ ਦਾ ਕਹਿਣਾ ਕਿ ਟਾਵਰ ਹੈ ਜਿਹੜੇ ਟੁੱਟ ਜਾਣਗੇ ਰਿਪੇਅਰ ਹੋ ਜਾਣਗੇ ਕੋਈ ਗੱਲ ਨਹੀਂ ਜਾਨਾਂ ਨਹੀਂ ਆ ਸਕਦੀਆਂ, ਇਹ ਪੋਲੀਟੀਕਲ ਥੈਰੇਟਿਕਸ ਹੈ। ਦੇਖੋ ਅਨਫੋਰਚੁਨੇਟ ਹੈ, ਕਿਸਾਨ ਬੈਠਾ ਹੈ ਐਜੀਟੇਸ਼ਨ ਤੇ, ਸਾਰੇ ਚਾਹੁੰਦੇ ਆ ਕਿ ਉਹ ਐਜੀਟੇਸ਼ਨ ਤੇ ਨਾ ਬੈਠਣ, ਠੰਡ ਹੈ ਮਾਕੂਲ ਕਲਾਈਮੇਟ ਨਹੀਂ ਹੈ ਕਿਸੇ ਲਈ ਬਾਹਰ ਸੜਕਾਂ ਦੇ ਉੱਤੇ ਸੌਣ ਲਈ, ਬਟ ਐਟ ਦਾ ਸੇਮ ਟਾਈਮ ਲਾਅ ਐਂਡ ਆਰਡਰ ਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਹੈ, ਸਰਕਾਰ ਨੂੰ ਉਹਦੀ ਜਵਾਬਦੇਹੀ ਦੇਣੀ ਪਊਗੀ। ਇਹ ਜੇ ਇਹਦੇ ਤੋਂ ਖਿਸਕਣਗੇ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਜੇ ਇਹਦਾ ਵੀ ਨਜਾਇਜ਼ ਫਾਇਦਾ ਉਠਾ ਲਿਆ ਫਿਰ ਕੈਪਟਨ ਸਾਹਿਬ ਭੁਗਤਣਗੇ। ਹਾਂਜੀ 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 ਠੀਕ ਠੀਕ। ਇੱਕ ਟਾਂਡਾ ਸਾਹਿਬ, ਜਿਵੇਂ ਅਜੇ ਬਹੁਤੇ ਹਾਲਾਤ ਕੋਰਡੀਅਲ ਨਹੀਂ ਲੱਗਦੇ ਸਟੇਟ ਦੇ, ਵੀ ਬੀਜੇਪੀ ਦੀ ਲੀਡਰਸ਼ਿਪ ਨੂੰ ਨਹੀਂ ਚਾਹੀਦਾ ਹੈਗਾ ਵੀ ਜਿਵੇਂ ਉਹ ਕਿਸਾਨ ਉਹਨਾਂ ਦੇ ਫਿਰ ਉਹ ਕਹਿੰਦੇ ਅਸੀਂ ਕਰ ਨਹੀਂ ਦੇਣੀ ਹੈਗਾ, ਉਹ ਥੋੜਾ ਜਿਹਾ ਵਰਚੁਅਲ ਰੈਲੀ ਕਰ ਲੈਣ ਏਦਾਂ ਲੋਕਾਂ ਵਿੱਚ ਨਾ ਨਿਪਟਣ, ਇਹਦੇ ਵਾਲੇ ਕੀ ਓਪੀਨੀਅਨ ਆ ਤੁਹਾਡਾ? ਦੇਖੋ anyone has got a right to express, ਜੇ ਤੁਸੀਂ ਐਕਸਪ੍ਰੈਸ਼ਨ ਕਿਸੇ ਦੇ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਉਹ ਤਾਂ ਕਾਨੂੰਨ ਦੀ ਉਲੰਘਣਾ। ਜੇ ਬੀਜੇਪੀ ਵਾਲੇ ਆਪਣੀ ਕੋਈ ਐਜੀਟੇਸ਼ਨ ਕਰਨਾ ਚਾਹੁੰਦੇ ਆ ਪੀਸਫੁਲ ਢੰਗ ਨਾਲ, ਉਹਨਾਂ ਨੂੰ ਰਾਈਟ ਹੈ, ਉਹਨਾਂ ਨੂੰ ਰਾਈਟ ਹੈ। ਠੀਕ ਠੀਕ। ਹੁਣ ਜੇ ਅਸੀਂ ਹਰਿਆਣਾ ਗਵਰਨਮੈਂਟ ਨੂੰ ਨਿੰਦ ਸਕਦੇ ਹਾਂ ਕਿ ਉਹਨਾਂ ਨੇ ਫਾਰਮਰਸ ਨੂੰ ਧੱਕੇ ਨਾਲ ਰੋਕ ਕੇ ਵਾਟਰ ਕੈਨਨ ਯੂਜ ਕਰਕੇ, ਫੋਰਸ ਯੂਜ ਕਰਕੇ, ਟੀਅਰ ਗੈਸ ਸ਼ੈਲ ਯੂਜ ਕਰਕੇ ਨਜਾਇਜ਼ ਫੋਰਸ ਯੂਜ ਕੀਤੀ ਹੈ। ਹਾਂਜੀ। ਐਂਡ ਅਸੀਂ ਕਲੇਮ ਕਰਦੇ ਹਾਂ ਤੇ ਵਾਜਿਬ ਵੀ ਹੈ, ਕੀਤੀ ਹੈ, ਨਜਾਇਜ਼ ਕੀਤੀ ਹੈ। ਜੇ ਪੀਸਫੁਲ ਕੋਈ ਜਾ ਰਿਹਾ ਤਾਂ ਉਹਨੂੰ ਕਿਉਂ ਤੰਗ ਕਰਨਾ? ਕਰ ਲੈਂਦੇ ਹੁੰਦੇ ਫਾਰਮਰਸ ਨੂੰ ਐਜੀਟੇਸ਼ਨ, ਵਟ ਇਜ਼ ਦੀ ਪ੍ਰੋਬਲਮ? ਐਂਡ ਫਾਰਮਰਸ ਨੇ ਪ੍ਰੂਵ ਵੀ ਕਰ ਦਿੱਤਾ ਕਿ ਦੇ ਆਰ ਪੀਸਫੁਲ, ਉਹਨਾਂ ਨੇ ਕੁਛ ਨਹੀਂ ਕੀਤਾ। ਪਰ ਜੇ ਕੋਈ ਐਲੀਮੈਂਟ ਆ ਕੇ ਕਿਸੇ ਨੂੰ ਪਿੰਡਾਂ ਚੋਂ ਵੜਨਾ ਰੋਕਦਾ ਹੈ, ਕਿਸੇ ਨੂੰ ਕਹਿੰਦਾ ਕਿ ਤੂੰ ਪੀਸਫੁਲ ਐਜੀਟੇਸ਼ਨ ਨਹੀਂ ਕਰ ਸਕਦਾ, ਇਹ ਵੀ ਕਾਨੂੰਨ ਦੀ ਕੁਤਾਹੀ ਹੋਊਗੀ, ਮੁਨਾਸਬ ਨਹੀਂ ਹੋਊਗਾ। ਦੇਖੋ ਕੁਛ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਓਵਰ ਐਕਟਿਵਿਜ਼ਮ ਦਿਖਾਉਣ ਲਈ ਇਹੋ ਜਿਹਾ ਕੰਮ ਕਰਦੇ ਹਨ। ਕਈ ਗੈਂਗਸਟਰ ਹੈ, ਅੱਜ ਕੱਲ੍ਹ ਗੈਂਗਸਟਰ ਅੱਗੇ ਉਹ ਬੋਲਣ ਲੱਗੇ ਹੋਏ, ਮੈਂ ਤਾਂ ਹੈਰਾਨ। ਦ ਪੀਪਲ ਜਿਹਨਾਂ ਨੂੰ ਕਿਸੇ ਦੀ ਜਾਨ ਦੀ ਰਿਸਪੈਕਟ ਨਹੀਂ, ਕਿਸੇ ਦੇ ਲਿਬਰਟੀ ਦੀ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ, ਸਟੇਟ ਦੇ ਵਿੱਚ ਵਿਸ਼ਵਾਸ ਨਹੀਂ ਹੈ, ਆਊਟ ਲਾਜ ਹੈ, ਅੱਜ ਉਹ ਵੀ ਗੱਲਾਂ ਬੋਲ ਰਹੇ ਹੈ, ਉਹ ਵੀ ਕੋਠੇ ਤੇ ਖੜ ਖੜ ਕੇ ਲੋਕਾਂ ਨੂੰ ਭਾਸ਼ਣ ਦੇ ਰਹੇ ਹੈ, ਸਰਮਨਸ ਦੇ ਰਹੇ ਹੈ, ਗਾਲਾਂ ਕੱਢ ਰਹੇ ਹੈ ਐਸਟੈਬਲਿਸ਼ਡ ਪੋਲੀਟੀਕਲ ਲੀਡਰਸ਼ਿਪ ਨੂੰ। ਦੇਖੋ ਜਿਹੜਾ ਡਿਸਕੋਰਸ ਹੋਣਾ ਚਾਹੀਦਾ ਪੋਲੀਟਿਕਸ ਦਾ, ਉਹ ਸੱਭਿਆ ਹੋਣਾ ਚਾਹੀਦਾ, ਅਸੱਭਿਆ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਤੁਸੀਂ ਪੁੱਠੇ ਸ਼ਬਦ ਬੋਲਣੇ, ਉਹਨੂੰ ਗਾਲ ਕੱਢਣੀ, ਇਹ ਮੁਨਾਸਬ ਨਹੀਂ ਹੈ, ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਜੇ ਬੀਜੇਪੀ ਕੋਈ ਪ੍ਰੋਟੈਸਟ ਕਰਨਾ ਚਾਹੁੰਦੀ ਹੈ, ਮੈਂ ਸਮਝਦਾ ਉਹਨਾਂ ਦੇ ਅਖਤਿਆਰ ਚ ਹੈ, ਜੇ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਦੇ ਉਹਨਾਂ ਦਾ ਰਾਈਟ ਹੈ, ਜੇ ਕੋਈ ਉਹਨਾਂ ਨੂੰ ਜ਼ਬਰਦਸਤੀ ਜਾ ਕੇ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਹ ਅਨਰੀਜ਼ਨੇਬਲ ਹੋਊਗਾ। ਜੇ ਕੋਈ ਪ੍ਰੋਟੈਸਟ ਕਰਕੇ ਕਿਸੇ ਦੇ ਘਰ ਦੇ ਬਾਅਦ ਧਰਨਾ ਦਿੰਦਾ ਪੀਸਫੁਲ, ਵਾਜਿਬ ਹੈ,
ਜੇ ਉਹਦੇ ਘਰ ਦਾ ਘਰਾਓ ਕਰਕੇ ਉਹਦਾ ਆਣਾ ਜਾਣਾ ਬੰਦ ਕਰਨਗੇ ਨਜਾਇਜ਼ ਹੈ। ਬੜੀ ਨੈਰੋ ਜੀ ਲਾਈਨ ਹੈ ਇਹਦੇ ਵਿੱਚੋਂ ਡਿਵੀਜ਼ਨ ਦੀ ਕਿ ਕੀ ਜਾਇਜ਼ ਹੈ ਤੇ ਕੀ ਨਜਾਇਜ਼ ਹੈ। ਇੱਕ ਇਹਦੇ ਨਾਲ ਹੀ ਮੈਂ ਪੁੱਛਣਾ ਚਾਹੁੰਦਾ ਦੋ ਸਵਾਲ। ਇੱਕ ਤੀਕਸ਼ਣ ਸੂਦ ਜੀ ਆਪਣੇ ਐਕਸ ਮਿਨਿਸਟਰ ਸੀ, ਉਹ ਉਹਨਾਂ ਦੀ ਗੋਹੇ ਦੀ ਟਰਾਲੀ ਉਹਨਾਂ ਦੇ ਘਰ ਦੇ ਮਤਲਬ ਪ੍ਰਿੰਸਸ ਦੇ ਅੰਦਰ ਕੀਤੀ ਹੈਗੀ ਆ, ਤੇ ਉਹ ਜਿਹੜੀ ਐਫ ਆਈ ਆਰ ਵੀ ਦਰਜ ਹੋਈ। ਹੁਣ ਇਹ ਕਿਸਾਨ ਲੀਡਰ ਕਹਿੰਦੇ ਆ ਜਿੰਨੇ ਜਥੇਬੰਦੀਆਂ ਵੀ ਅਸੀਂ ਜਿੰਨੇ ਦੇ ਰਹੇ ਹੋ ਅਨਕਾਲਡ ਫੋਰ ਆ, ਇਹਦੇ ਬਾਰੇ ਕੀ ਓਪੀਨੀਅਨ ਹੈਗਾ? ਇਟ ਇਜ਼ ਅ ਮਿਸਚੀਫ। ਹਾਂਜੀ, ਇਟ ਇਜ਼ ਅ ਮਿਸਚੀਫ ਹੈ। ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੇ ਕੋਈ ਥ੍ਰੈਟਨ ਕੀਤਾ ਕੁਛ ਕੀਤਾ। ਦੇਖੋ ਕਿਸਾਨ ਤਾਂ ਨੀ ਕਹਿੰਦੇ ਕਰੋ, ਮੈਂ ਕਿਸੇ ਕਿਸਾਨ ਯੂਨੀਅਨ ਨੂੰ ਨਹੀਂ ਸੁਣਿਆ ਕਿ ਉਹ ਇਹ ਕਹਿਣ ਕੇ ਲੋਕਾਂ ਨੂੰ ਜਾ ਕੇ ਏਦਾਂ ਤੰਗ ਕਰੋ, ਗੋਹਾ ਸੁੱਟ ਦਿਓ ਜਾਂ ਉਹਨਾਂ ਨੂੰ ਤੁਸੀਂ ਮਾਰ ਕੁੱਟ ਕਰੋ, ਕੋਈ ਤਾਂ ਕਹਿੰਦਾ ਹੀ ਨਹੀਂ। ਹਾਂਜੀ ਹਾਂਜੀ, ਕੌਣ ਲੋਕ ਹੈ ਪਰਮਾਤਮਾ ਜਾਣੇ ਕੌਣ ਲੱਗੇ ਹੋਏ ਇਸ ਕੰਮ ਤੇ। ਕਈ ਵਾਰੀ ਉਹ ਮੰਡੀਰ ਵੀ ਇਕੱਠੀ ਹੋ ਜਾਂਦੀ ਹੈ ਸਾਨੂੰ ਪਤਾ ਏਦਾਂ ਦੇ ਗਾਰਬੇਜ ਚ, ਕਹਿੰਦੇ ਵੀ ਹੁਣ ਇਸ ਵੇਲੇ ਸਰਕਾਰ ਥੋੜੀ ਜਿਹੀ ਨਰਮ ਹੈਗਾ, ਜਿਹੜੇ ਏਦਾਂ ਦੇ ਸੋ ਕਾਲਡ ਸ਼ਰਾਰਤੀ ਬੰਦੇ ਆ ਉਹ ਇਸ ਤਰ੍ਹਾਂ ਦੇ ਕੰਮ ਕਾਰ ਵੀ ਕਰਨ ਲੱਗ ਪੈਂਦੇ। ਇੱਕ ਢਾਂਡਾ ਸਾਹਿਬ ਇਹਦੇ ਜਿਹੜਾ ਬੀਜੇਪੀ ਨਾਲ ਰਿਲੇਟਡ ਇੱਕ ਹੋਰ ਸਵਾਲ ਰਹਿ ਗਿਆ। ਕੈਪਟਨ ਸਾਹਿਬ ਕਹਿੰਦੇ ਜਿਹੜੇ ਬੀਜੇਪੀ ਦੇ ਲੀਡਰ ਗਵਰਨਰ ਸਾਹਿਬ ਨੂੰ ਮਿਲੇ ਹੈਗੇ ਆ ਵੀ ਗਵਰਨਰ ਸਾਹਿਬ ਦੇ ਆਫਿਸ ਨੂੰ ਇਹਨਾਂ ਨੇ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਗਵਰਨਰ ਸਾਹਿਬ ਨੂੰ ਬੀਜੇਪੀ ਲੀਡਰਸ਼ਿਪ ਨੂੰ ਮਿਲਣਾ ਚਾਹੀਦਾ ਸੀ ਜਾਂ ਉਹਦੇ ਬਾਰੇ ਕੀ ਤੁਹਾਡੇ ਵਿਚਾਰ ਹੈਗੇ ਆ? ਕੈਪਟਨ ਸਾਹਿਬ ਕੀ ਕਰਨ ਗਏ ਸੀ ਗਵਰਨਰ ਕੋਲ, ਰਾਸ਼ਟਰਪਤੀ ਕੋਲ ਕੀ ਕਰਨ ਗਏ ਸੀ? ਬੜੀ ਅਜੀਬ ਜੀ ਸਟੇਟਮੈਂਟ ਹੈ, ਆਈ ਡਿਸਮਿਸ ਦਿਸ ਸਟੇਟਮੈਂਟ, ਇਹਦਾ ਕਾਬਲੇ ਨੋਟਿਸ ਵੀ ਨਹੀਂ ਹੈ ਇਹ ਸਟੇਟਮੈਂਟ। ਹਾਂਜੀ ਹਾਂਜੀ, ਠੀਕ ਹੈ। ਚਲੋ ਹੁਣ ਆਪਾਂ ਅਸੀਂ ਕੋਰ ਇਸ਼ੂ ਤੇ ਆ ਜਾਈਏ। ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਿਹਾ ਹੈਗਾ, ਜਦੋਂ ਦਾ ਇਹ ਕੈਪਟਨ ਸਾਹਿਬ ਤੇ ਗਵਰਨਰ ਸਾਹਿਬ ਦਾ ਉਹਨਾਂ ਨੇ ਇਸ਼ਾਰਾ ਦਿੱਤਾ ਹੈਗਾ, ਪ੍ਰੈਜੀਡੈਂਟ ਰੂਲ ਸਟੇਟ ਜੇ ਲੱਗ ਵੀ ਸਕਦਾ ਹੈਗਾ। ਜਿਹੜੇ ਰਾਈਟ ਥਿੰਕਿੰਗ ਸਿਟੀਜ਼ਨ ਨੇ ਥੋੜੇ ਜਿਹੇ ਡਰਦੇ ਵੀ ਆ, ਕਹਿੰਦੇ ਵੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਕੋਈ ਬੜੀ ਗੱਲ ਵੀ ਨਹੀਂ ਜੇ ਕਿਤੇ ਪ੍ਰੈਜੀਡੈਂਟ ਰੂਲ ਲੱਗ ਜਾਵੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਿੱਧੂ ਸਾਹਿਬ ਨੂੰ ਕੋਈ ਜਾਣਕਾਰੀ ਤਾਂ ਹੈ ਨੀ ਜਿਹੜੀ ਉਹਨਾਂ ਨੇ ਦੱਸੀ ਹੋਵੇ ਜਾਂ ਸ਼ੇਅਰ ਕੀਤੀ ਹੋਵੇ ਕਿ ਲੱਗ ਜਾਣਾ। ਸਿੱਧੂ ਸਾਹਿਬ ਨੇ ਆਪਣਾ ਖਦਸ਼ਾ ਜ਼ਾਹਰ ਕੀਤਾ, ਖਦਸ਼ਾ ਕੈਪਟਨ ਸਾਹਿਬ ਦੇ ਗਵਰਨਮੈਂਟ ਦੇ ਵਤੀਰੇ ਤੋਂ ਕੀਤਾ ਹੋਣਾ। ਜੇ ਕੈਪਟਨ ਸਾਹਿਬ ਦੀ ਗਵਰਨਮੈਂਟ ਦੇ ਵਤੀਰੇ ਚ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਉਹ ਇਹੋ ਜਿਹਾ ਸਕੋਪ ਦੇ ਰਹੇ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਿ ਪ੍ਰੈਜੀਡੈਂਟ ਰੂਲ ਲਾ ਦੇਣ, ਤਾਂ ਮੈਨੂੰ ਪਤਾ ਨੀ ਕਿਹੜਾ ਹੈਗਾ ਉਹਨਾਂ ਕੋਲ ਜਾਣਕਾਰੀ। ਉਹਨਾਂ ਨੂੰ ਸਵਾਲ ਕੀਤਾ ਜਾ ਸਕਦਾ, ਉਹੀ ਦੱਸ ਸਕਦੇ ਆ ਕਿ ਲੱਗਦਾ ਉਹਨਾਂ ਨੂੰ ਕੀ ਕੈਪਟਨ ਅਮਰਿੰਦਰ ਦੀ ਗਵਰਨਮੈਂਟ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ, ਲੋ ਐਂਡ ਆਰਡਰ ਦੀ ਕੀਤੀ ਹੈ ਜਿਹਦੇ ਚ ਲੱਗ ਸਕਦਾ ਗਵਰਨਰ ਨੂੰ, ਉਹ ਮਹਿਸੂਸ ਕਰਦੇ ਹੋਣੇ ਤਾਂ ਹੀ ਕਿਹਾ ਉਹਨਾਂ ਨੇ ਸਿੱਧੂ। ਬਾਕੀ ਸਿੱਧੂ ਸਾਹਿਬ ਦਾ ਵੀ ਰੱਬ ਰਾਖਾ ਹੀ ਹੈ, ਕਦੀ ਤੱਤੇ ਹੋ ਜਾਂਦੇ, ਕਦੀ ਠੰਡੇ ਹੋ ਜਾਂਦੇ, ਕਦੀ ਬਰਫ਼ ਬਣ ਜਾਂਦੇ ਤੇ ਕਦੀ ਹਵਾ ਦੀ ਭਾਫ਼ ਬਣ ਕੇ ਫਿਰ ਉਹ ਉੱਡਣ ਲੱਗ ਪੈਂਦੇ ਹੈਗੇ ਹਨਾ। ਹਾਂ, ਕਦੇ ਕਦੇ ਗੁੱਡੀ ਮੁੰਨੀ ਬਦਨਾਮ ਹੋ ਜਾਂਦੀ ਹੈ, ਕਦੇ ਕਦੇ ਮੌਨ ਮੌਨ ਹੋ ਜਾਂਦਾ, ਕਦੇ ਬਾਦਸ਼ਾਹ ਸਲਾਮਤ ਹੋ ਜਾਂਦਾ, ਉਹਨਾਂ ਦੀ ਆਪਣੀ ਮੌਜ ਹੈ। ਮੈਨੂੰ ਮਰਾਸੀਆਂ ਨੂੰ ਸੁਣਦੇ ਹੁੰਦੇ ਹੋ ਤੁਸੀਂ ਕਿੱਦਾਂ ਬੋਲਦੇ ਹੁੰਦੇ ਆ, ਕਿ ਇੱਕ ਦੀ ਹੋਈ ਲਾ ਦਿੰਦੇ ਆ, ਉਹਦੀ ਹੋਈ ਛੋਲੇ ਗਾ ਦਿੰਦੇ ਆ, ਉਹ ਸੋ ਆਪਣੀ ਮਰਜ਼ੀ। ਪਾਰਟੀਆਂ ਪੂਰਟੀਆਂ ਲੀਡਰ ਚੇਂਜ ਕਰਦੇ ਰਹਿੰਦੇ ਆ, ਇੱਕ ਬੇਸਿਕ ਲੈਵਲ ਡੀਸੈਂਸੀ ਦਾ। ਅੱਜ ਦੀ ਡੇਟ ਚ ਮੈਂ ਤੁਹਾਡੀ ਪਾਰਟੀ ਚ ਆ, ਹਲਕੇ ਮੇਰੀ ਕੋਈ ਤੁਹਾਡੇ ਨਾਲ ਡਿਫਰੈਂਸ ਹੋ ਜਾਂਦਾ, ਮੈਂ ਜਾਂ ਮੇਰੇ ਢਾਂਡਾ ਸਾਹਿਬ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਸੀ, ਮੈਂ ਇਸ ਕਰਕੇ ਮੈਂ ਇਸ ਪਾਰਟੀ ਵਿੱਚ ਆ ਗਿਆ ਹੈਗਾ। ਇੰਨੀ ਕੁ ਤਾਂ ਗੱਲ ਤਾਂ ਜਾਇਜ਼ ਹੈਗੀ, ਜੇ ਤੁਸੀਂ ਬਿਲਕੁਲ ਹੀ ਉਹ ਫਿਰ ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਕਰਦੇ ਹੋ, ਉਹ ਫਿਰ ਥੋੜਾ ਜਿਹਾ ਥੋੜਾ ਨੀ ਬੜਾ ਬਚਕਣਾ ਲੱਗਦਾ ਹੈਗਾ, ਜਿਹੜਾ ਕਿ ਅਜੇ ਤਾਈਂ ਉਹਨਾਂ ਦੀ ਪਰਸਨੈਲਿਟੀ ਤੋਂ ਐਕਸਪੈਕਟ ਨਹੀਂ ਕੀਤਾ ਜਾਂਦਾ ਹੈਗਾ। ਦੇਖੋ ਭਾਜੀ, ਸੱਭਿਆ ਸਮਾਜ ਦੇ ਵਿੱਚ ਸਿਆਣੇ ਲੋਕ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹਦੀ ਕਿਸੇ ਨਾਲ ਦੁਸ਼ਮਣੀ ਚੱਲਦੇ ਵੀ ਉਹ ਇੱਕ ਦੂਜੇ ਲਈ ਜਿਹੜੇ ਸ਼ਬਦ ਇਸਤੇਮਾਲ ਕਰਨ, ਇੱਕ ਦੂਜੇ ਲਈ ਜਿਹੜੀ ਰਿਟੋਰਿਕ ਯੂਜ ਕਰਨ, ਉਹ ਇੰਨੀ ਸੱਭਿਆ ਹੋਣੀ ਚਾਹੀਦੀ ਹੈ ਕਿ ਤੁਹਾਡਾ ਵਿਊ ਪੁਆਇੰਟ ਐਕਸਪ੍ਰੈਸ ਕਰਨ ਵਾਲੀ ਹੋਣੀ ਚਾਹੀਦੀ ਹੈ, ਉਹ ਡੀਗ੍ਰੇਡਿੰਗ ਤੇ ਅਬਿਊਸਿਵ ਨਹੀਂ ਹੋਣੀ ਚਾਹੀਦੀ, ਤਾਂ ਕਿ ਕੱਲ ਨੂੰ ਤੁਹਾਨੂੰ ਕਿਤੇ ਟੇਬਲ ਤੇ ਇਕੱਠਾ ਹੋਣਾ ਪੈ ਜਾਵੇ, ਪਾਲਾ ਬਦਲਣਾ ਪੈ ਜਾਵੇ, ਤਾਂ ਤੁਹਾਡੀਆਂ ਨਜ਼ਰਾਂ ਝੁਕ ਕੇ, ਹਾਂ ਤੁਸੀਂ ਅੱਖ ਚੱਕ ਪਾ ਕੇ ਨਾ ਦੱਸ। ਹੁਣ ਇਹ ਹੁਣ ਦੇਖੋ ਵੀ ਪਰਮਾਤਮਾ ਦੇ ਰੰਗ, ਬੀਜੇਪੀ ਚੋਂ ਅਸਤੀਫਾ ਦਿੱਤਾ, ਅਸਤੀਫਾ ਦੇ ਕੇ ਫਿਰ ਬੈਂਸ ਭਰਾਵਾਂ ਨਾਲ ਇਕੱਠੇ ਪ੍ਰੈਸ ਕਾਨਫਰੰਸ ਹੋਈ,
फिर इन्हां दी केजरीवाल साहब नाल मीटिंग हुई, फिर उन्हां नाल मिलते मिलते रह गए, फिर जाके अल्टीमेटली कांग्रेस के पाले च पै गए। ते जिन्नियां गल्लां कांग्रेस के उल्ट बोलियां जिहड़ी उह लैंग्वेज यूज कीती, ठीक है लोकी ताड़ियां मार दिंदे नीचे बहुत, पर ਇਹ ਬਹੁਤ ਲੰਬੇ ਸਮੇਂ ਤੱਕ ਰਿਕਾਰਡ ਰਹਿੰਦਾ ਤੁਹਾਡੀ ਪਰਸਨੈਲਿਟੀ ਦੇ ਉੱਤੇ, ਪਰਮਾਨੈਂਟ ਸਟੈਂਪ ਲੱਗਦਾ। ਮੋਬਾਈਲ ਹਰ ਕੋਲ ਮੋਬਾਈਲ ਆ, ਉਹਦੇ ਵਿੱਚ ਫੀਡ ਹੈ, ਜਦੋਂ ਮਰਜ਼ੀ ਕੱਟ ਕੇ ਕਰ ਦਿੰਦਾ। ਚਲੋ ਉਹ ਗਲਤੀ ਹੋ ਗਈ, ਤੇ ਗਲਤੀ ਹੋ ਕੇ ਫੇਰ ਆ ਗਏ। ਫੇਰ ਕਿੰਨੀ ਹਾਸੇਮਈ ਗੱਲ ਹੈ ਕਿ ਜਿਹੜੇ ਬੰਦੇ ਦਾ ਤੁਸੀਂ ਮਜ਼ਾਕ ਉਡਾਉਂਦੇ ਸੀ, ਉਹ ਸ਼ਬਦ ਕਾਬਲੇ ਇਸਤੇਮਾਲ ਨਹੀਂ ਸੀ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ, ਉਹ ਬੜੇ ਕਾਬਲ ਇਨਸਾਨ ਹੈ, ਬੜੇ ਵੈਲ ਰਿਸਪੈਕਟਡ ਮੈਨ ਹੈ। ਐਂਡ ਮੈਡਮ ਸੋਨੀਆ ਗਾਂਧੀ ਵੀ ਇੱਕ ਪਾਰਟੀ ਦੇ ਅਧਿਆਕਸ਼ ਹੈ, ਸ਼ੀ ਇਜ਼ ਲੀਡਰ ਵਿਦ ਅ ਨੈਸ਼ਨਲ ਪਾਰਟੀ ਦੇ ਹੈੱਡ ਹੈਗੇ ਆ, ਬਹੁਤ ਵੱਡੀ ਗੱਲ ਹੈ। ਵੀ ਹੈਵ ਰਾਈਟ ਟੂ ਕ੍ਰਿਟਿਸਾਈਜ਼ ਹਰ, ਵੀ ਕੈਨ ਕ੍ਰਿਟਿਸਾਈਜ਼, ਬਟ ਐਟ ਦ ਸੇਮ ਟਾਈਮ ਅਸੀਂ ਇਹੋ ਜਿਹੇ ਸ਼ਬਦ ਯੂਜ਼ ਕਰੀਏ ਜਿਹੜੇ ਉਹਨਾਂ ਦੀ ਸ਼ਾਨ ਨੂੰ ਨੀਵਾਂ ਕਰਨ, ਜਿਹੜੇ ਹਾਸੇ ਮਨੇ ਹੋਣ, ਤਾਂ ਭੈੜਾ ਲੱਗੂਗਾ। ਫਿਰ ਉਹਨਾਂ ਅੱਗੇ ਜਾ ਕੇ ਉਹਨਾਂ ਦੀ ਤਾਰੀਫ ਕਰਨੀ ਪੈ ਗਈ, ਉਹ ਜਿਹੇ ਫਿਰ ਉਹੇ ਜੇ ਵਰਡ ਯੂਜ ਕਰਕੇ ਬੀਜੇਪੀ ਦੇ ਉਲਟ ਬੋਲਣਾ ਸ਼ੁਰੂ ਕਰ ਲਿਆ। ਉਹੀ ਕਰ ਸਕਦੇ ਆ, ਮੈਂ ਨੀ ਸਮਝਦਾ ਕੋਈ ਹੋਰ ਇੰਨਾ ਕੰਪੀਟੈਂਟ ਹੋਰ ਕੌਣ ਹੋਊਗਾ ਜਿਹੜਾ ਇਹ ਜੇ ਵਰਡ ਯੂਜ ਕਰ ਲਵੇ। ਚਲੋ ਆਪਾਂ ਹੁਣ ਥੋੜੀ ਜਿਹੀ 10 ਕੁ ਮਿੰਟ ਜਿਹੜੀ ਪੰਜਾਬ ਦੀ ਜਿਹੜੀ ਖਾਸ ਤੌਰ ਤੇ ਪੋਲਿਟਿਕਸ ਤਾਂ ਅਸੀਂ ਨਹੀਂ ਕਰਦੇ ਹੁਣ, ਡਿਵੈਲਪਮੈਂਟ ਦੇਖੋ ਇੱਕ ਸਾਲ ਰਹਿ ਗਿਆ ਟਾਂਡਾ ਸਾਹਿਬ, ਕੈਪਟਨ ਸਾਹਿਬ ਨੇ ਪਿਛਲਾ ਸਾਲ ਤਾਂ ਕਰੋਨਾ ਹੀ ਖਾ ਗਿਆ ਹੈਗਾ ਹਨਾ, ਤੇ ਹੁਣ ਇਹਨਾਂ ਨੇ ਆਹ ਕੈਬਨਿਟ ਮੀਟਿੰਗ ਚ ਥੋੜੇ ਜਿਹੇ ਫੈਸਲੇ, ਭਰਤੀਆਂ ਕਰਾਂਗੇ, ਜੇ ਕਰਾਂਗੇ ਵੋ ਕਰਾਂਗੇ, ਕੁਛ ਹੋ ਪਾਏਗਾ ਕਿ ਨਹੀਂ? ਪੰਜਾਬ ਦਾ ਬੁਰੀ ਬੁਰੀ ਹਾਲਤ ਆ, ਨਾ ਇੱਥੇ ਕੋਈ ਰੁਜ਼ਗਾਰ ਆ, ਸਾਰੇ ਬਾਹਰ ਭੱਜੀ ਜਾ ਰਹੇ ਹੈਗੇ, ਸਟੇਟ ਦਾ ਬਣੂਗਾ ਕੀ? ਕੈਪਟਨ ਸਾਹਿਬ ਤੋਂ ਕੀ ਤੁਸੀਂ ਉਮੀਦ ਰੱਖਦੇ ਹੋ? ਸਾਲ ਵਿੱਚ ਜਾਂਦੇ ਜਾਂਦੇ ਤਾਂ ਕੁਛ ਕਰ ਜਾਣ ਵਧੀਆ। ਭਾਜੀ ਅੱਜ ਹੀ ਅਖਬਾਰ ਦੇ ਵਿੱਚ ਡੇਟਾ ਆਇਆ ਹੈ GST ਦਾ। ਹਾਂਜੀ, ਪੰਜਾਬ ਦੀ GST ਪਿਛਲੇ ਸਾਲ ਨਾਲੋਂ ਗਰੋਥ ਹੋਈ ਹੈ 12-13% ਕੇ ਸ਼ਾਇਦ 20%। ਹਾਂਜੀ, ਪਰ ਜਿਹੜੀ ਪੰਜਾਬ ਦੀ ਗਰੰਟੀਡ ਮਨੀ ਹੈ ਜਿਹੜੀ ਪਹਿਲੇ 5-7 ਸਰਕਾਰ ਨੇ ਦੇਣੀ ਸੀ, ਉਹਦੇ ਨਾਲ ਕੰਪੇਅਰ ਕਰੀਏ ਤਾਂ 40% ਰੈਵਨਿਊ ਡਾਊਨ ਹੈ। 40% ਬਹੁਤ ਵੱਡਾ, ਬਹੁਤ ਵੱਡਾ। ਐਂਡ ਸਾਲ ਭਰ ਦਾ ਦੇਖ ਲਓ, ਸਾਲ ਭਰ ਦੇ ਵਿੱਚ ਵੀ 46% ਡਾਊਨ ਹੈ। ਹਾਂਜੀ ਹਾਂਜੀ, ਪੰਜਾਬ ਜਿਹੜੀ ਪੰਜਾਬ ਨੂੰ ਗਰੰਟਿਡ ਮਨੀ 22 ਤੱਕ ਮਿਲਣੀ ਹੈ, ਉਹਦੇ ਬਾਅਦ ਕੀ ਬਣੂਗਾ? ਵੇਅਰ ਇਜ਼ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ? ਵਟ ਦੇ ਆਰ ਡੂਇੰਗ? ਵਟ ਇਜ਼ ਦੀ ਪੰਜਾਬ ਫਾਈਨੈਂਸ ਮਿਨਿਸਟਰ ਡੂਇੰਗ? ਆਰ ਦੇ ਇਹ ਸੋਚ ਲਿਆ ਇਹਨਾਂ ਨੇ ਪੱਕਾ ਕਿ 22 ਦੇ ਬਾਅਦ ਜਿਹਨੂੰ ਛੱਡ ਜਾਣਗੇ ਉਹ ਆਪੇ ਨਜਿੱਠ ਹੋਊਗਾ? ਡੋਂਟ ਦੇ ਲਵ ਦਿਸ ਸਟੇਟ? ਸਟੇਟ ਦੇ ਇਕਨੋਮਿਕ ਹੈਲਥ ਨਾਲ ਇਹਨਾਂ ਨੂੰ ਪਿਆਰ ਨਹੀਂ ਹੈ? ਇਹਨਾਂ ਨੂੰ ਖੌਫ ਵੀ ਹੁੰਦਾ ਕਿ ਪੰਜਾਬ ਉੱਜੜ ਰਿਹਾ? ਪੰਜਾਬ ਉੱਜੜ ਰਿਹਾ, ਉੱਜੜ ਗਿਆ। ਮੈਂ ਤਾਂ ਸਮਝਦਾ ਇਕਨੋਮਿਕ ਕੰਡੀਸ਼ਨ ਪੰਜਾਬ ਦੀ ਰਿਕਵਰੀ ਜਿਹੜੀ ਹੈ ਰੈਵਨਿਊ ਦੀ, ਇੱਕਦਮ ਜਦ 40% ਡਾਊਨ ਆਊਗੀ 5 ਸਾਲਾਂ ਦੇ ਬਾਅਦ, ਹਾਉ ਪੰਜਾਬ ਇਜ਼ ਗੋਇੰਗ ਟੂ ਫੇਸ ਦੀ ਸਿਚੁਏਸ਼ਨ? ਪੰਜਾਬ ਵਿਲ ਬੀ ਇਨ ਫਾਈਨੈਂਸ਼ੀਅਲ ਐਮਰਜੈਂਸੀ। ਇਹ ਨੌਕਰੀਆਂ ਦੀ ਗੱਲ ਕਰਦੇ, ਇਹ ਜਿਹੜੀ ਨੌਕਰੀਆਂ ਨਵੀਆਂ ਭਰਤਨ ਦੀ ਗੱਲ ਕਰਦੇ ਆ, ਦੇ ਮਸਟ ਕਮ, ਕਿਉਂ? ਪੈਸੇ ਕਿੱਥੋਂ ਆਉਣੇ ਹੈ? ਇਹ ਠੀਕ ਹੈ 6 ਮਹੀਨੇ ਪਹਿਲਾਂ ਭਰ ਕੇ ਚਲੇ ਜਾਓਗੇ, ਮੁਸ਼ਕਲ ਨਾਲ 6 ਮਹੀਨੇ ਕੰਟਰੈਕਟ ਵੈਲਿਊ ਦੇ ਪੈਸੇ ਦੇ ਦੋਗੇ, ਫਿਰ ਜਦ ਕਨਫਰਮ ਹੋਣਗੇ ਹੂ ਵਿਲ ਪੇ ਦੈਮ? ਫਰੋਮ ਵੇਅਰ ਸਟੇਟ ਵਿਲ ਪੇ ਦਾ ਸੈਲਰੀ? ਹਾਂਜੀ ਹਾਂਜੀ ਹਾਂਜੀ, ਪੰਜਾਬ ਦੇ ਹੈਵ ਬਲੈਂਡਡ ਪੰਜਾਬ ਇਨ ਮੈਸ। ਇੱਕ ਟਾਂਡਾ ਸਾਹਿਬ, ਤੁਹਾਡੇ ਨੋਟਿਸ ਵਿੱਚ ਵੀ ਹੋਏਗਾ, ਤੁਸੀਂ ਵੀ ਲੁਧਿਆਣਾ ਬੜਾ ਵੱਡਾ ਬਿਜ਼ਨਸ ਇੰਡਸਟਰੀ ਦਾ ਸ਼ਹਿਰ ਹੈਗਾ, ਇਹ ਮੈਂ ਜਲੰਧਰ ਵਿੱਚ ਜਾਂ ਹੋਰ ਵੀ ਮੈਂ ਵੀ ਘੁੰਮਦਾ ਫਿਰਦਾ ਰਹਿੰਦਾ ਹੈਗਾ, ਜਿਹੜੇ ਅੱਛੇ ਭਲੇ ਆ, ਮਤਲਬ ਜਿਹੜੇ ਜਿਹਨੂੰ ਕਹਿ ਲਈਏ ਵੀ ਜਿਹੜੀ ਇਨਕਮ ਵੀ ਠੀਕ ਹੈ, ਰੀਜ਼ਨੇਬਲੀ ਗੁੱਡ ਹੈਗੀ ਆ, ਬਿਜ਼ਨਸ ਵੀ ਠੀਕ ਹੈ, ਚਲੋ ਰੋਟੀ ਪਾਣੀ ਬੜਾ ਸੋਹਣਾ ਚੱਲਦਾ ਹੈਗਾ, ਉਹਨਾਂ ਲੋਕਾਂ ਦੀ ਵੀ ਟੈਂਡੈਂਸੀ ਹੈਗੀ 5-7 ਕਰੋੜ ਵਾਈਂਡ ਅਪ ਕਰਕੇ ਲੈ ਕੇ ਉਹ ਬਿਜ਼ਨਸ ਕੈਟੇਗਰੀ 'ਚ ਕੈਨੇਡਾ ਦੀ PR ਲੈ ਕੇ ਇੱਥੋਂ ਭੱਜੇ। ਲਾਅ ਐਂਡ ਆਰਡਰ ਜਾਂ ਸਿਸਟਮ ਤੋਂ ਲੋਕੀ ਬਹੁਤ ਦੁਖੀ ਨਜ਼ਰ ਆਉਂਦੇ ਹੈਗੇ, ਕਰਪਸ਼ਨ ਲੈਵਲ ਤੋਂ ਜੇ ਉਹ, ਮਤਲਬ ਇਹ ਚੀਜ਼ਾਂ ਵਾਕਿਆ ਜਿਹੜੀ ਹੈਗੀ ਆ, ਇਹ ਸਾਡੇ ਸਿਸਟਮ ਵਿੱਚ ਹੈਗੀਆਂ, ਬਹੁਤ ਡੀਪ ਰੂਟ ਹੈਗੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪਾਂ ਨੂੰ ਦੂਰ ਜਾਣ ਦੀ ਲੋੜ ਹੀ ਨਹੀਂ। ਹਾਂਜੀ, ਫਾਰਮਰ ਐਜੀਟੇਸ਼ਨ ਨੇ ਕਲੀਅਰ ਕਿਹਾ, ਵੀ ਹੈਵ ਨੋ ਫੇਥ ਇਨ SBMs। SBM ਜੋ ਪੋਲੀਟੀਕਲ ਬੌਸ ਹੋਊਗਾ ਉਹ ਕਰਨਗੇ, ਇਸ ਤੋਂ ਬੜੀ ਉਹ ਤਾਂ SDM ਦੀ ਮਜਬੂਰੀ, ਉਹ ਕੀ ਕਰ ਸਕਦਾ? DC ਕੀ ਕਰ ਸਕਦਾ? ਕੁਛ ਵੀ ਨਹੀਂ। ਨੋ, SBM ਦੀ ਮਜਬੂਰੀ ਨਹੀਂ, ਦਿਸ ਇਜ਼
इंडाइटमेंट ऑफ द गवर्नमेंट ऑफ द डे के थोड़े अफसर किसे नु जस्टिस दे ही नहीं सकते। कितनी बड़ी इंडाइटमेंट है। ते इस हालात दे विच पंजाब दा यूथ की करूंगा जिन्हों इंसाफ की तवक्को ही नहीं है सरकार तो वह फिर फॉरन कंट्री वालू भजूगा होर की करूंगा। अगे अगे सेगा ब्रेन ड्रेन कहते इंडिया का कि इंडिया चो पढ़ के बच्चे बाहर चले जाते अज यूथ ड्रेन है इंडिया का अज यूथ साडा जा रहा पढ़ भी उत्थे रहा नौकरी भी उत्थे करू ये बहुत डैमेजिंग है एंड पंजाब ते इहदा बहुत वड्डा असर है। पंजाब का कोई मल्ला कोई गली नहीं जिहदे च बंदा फॉरन कंट्री च ना बैठा हो। यू कैन चेक फ्रॉम योर नेबरहुड। हाँ जी हाँ जी हाँ जी। कोई पिंड नहीं है जिहड़े पिंड का बच्चा ना चले गया हो। कोई इंसान नहीं है जिहदे कोल चार पैसे पुगदे होण ते उहदा बच्चा इंडिया च बैठा हो। एवरीवन इज गोइंग टू फॉरन डेस्टिनेशन। एक किने मैस क्रिएट कीती है। वी हैव वी आर आंसरेबल। असीं पंजाब दे लोग आंसरेबल हैं। चलो अखीर बच्च आ जरा किसानी स्ट्रगल आ देखो ये पांच क महीने हो गए ये भी अपने किसान भी होर भी लोग उत्थे दिल्ली जा पहला पंजाब में सी ये एक तरह करोना करके बहुत लॉस होया हैगा। थोड़ा जा गड्डी ली ते आई थी किसानों की प्रॉब्लम शुरू हो गई। हालांकि गवर्नमेंट ऑफ इंडिया का भी ध्यान डिवर्ट होंदा हैगा। ਇਹਦਾ ਕੁਛ ਕੀ ਸੂਟੇਬਲ ਤੁਹਾਨੂੰ ਲੱਗਦਾ ਹੈਗਾ ਹੱਲ ਨਿਕਲਣ ਦੀ ਸੰਭਾਵਨਾ ਹੈਗੀ? ਅੱਜ ਦੀ ਮੀਟਿੰਗ ਤੇ ਜਿੰਨੇ ਕੋ ਜਿਹੜੇ ਕਿਸਾਨ ਲੀਡਰ ਉਹ ਕਹਿੰਦੇ ਸੀ ਗਵਰਨਮੈਂਟ ਬਹੁਤ ਐਡਮੈਂਟ ਆ, ਮਤਲਬ ਇਸ ਵਾਰੀ ਤਾਂ ਉਹ ਕਹਿੰਦੇ ਬਹੁਤੀ ਗੱਲੇ ਨਹੀਂ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਕਰ ਸਕਦੇ ਇਹ ਕਹਿੰਦੇ ਵੀ ਠੀਕ ਆ ਅਸੀਂ ਬਾਹਰ ਆ ਜਾਂਦੇ ਹਾਂ। ਇਹਦਾ ਕੀ ਲੱਗਦਾ ਹੈਗਾ ਤੁਹਾਨੂੰ? ਮੈਂ ਤਾਂ ਭਾਜੀ ਓਨੈਸਟਲੀ ਸਪੀਕਿੰਗ ਅੰਦਰਲੀਆਂ ਗੱਲਾਂ ਕੀ ਹੈ ਉਹ ਤਵੱਕੋ ਲਗਾ ਸਕਦੇ। ਹਾਂਜੀ ਮੈਨੂੰ ਮੈਨੂੰ ਮਹਿਸੂਸ ਹੁੰਦਾ ਕਿ ਜਿਹੜੀ ਫਾਰਮਰ ਐਜੂਕੇਸ਼ਨ ਦੀ ਲੀਡਰਸ਼ਿਪ ਵੀ ਹੈ ਨਾ ਉਹ ਵੈਲ ਸੈਟਲਡ ਔਨ ਦਾ ਹਾਰਸ ਨਹੀਂ। ਹਾਂਜੀ ਹਾਂਜੀ ਠੀਕ ਠੀਕ। ਐਂਡ ਦੇ ਆਰ ਨਾਟ ਕੰਟਰੋਲਿੰਗ ਦੀ ਹਾਰਸ, ਦੇਅਰ ਰੇਨਸ ਆਰ ਨਾਟ ਇਫੈਕਟਿਵਲੀ ਗਾਈਡਿੰਗ ਦੀ ਹਾਰਸ, ਦਾ ਹਾਰਸ ਇਜ਼ ਟੇਕਿੰਗ ਦੈਮ ਅਲੋਂਗ। ਠੀਕ ਠੀਕ ਠੀਕ। ਸੋ ਮੈਂ ਇਸ ਤੋਂ ਵੱਧ ਬੋਲਣਾ ਮੇਰੇ ਲਈ ਉਚਿਤ ਨਹੀਂ। ਨਹੀਂ ਚਲੋ ਮੈਂ ਇੱਕ ਹੋਰ ਸਪਸ਼ਟ ਤੌਰ ਤੇ ਪੁੱਛਦਾ, ਜੇ 31-32 ਬੰਦਿਆਂ ਨੂੰ ਐਟ ਏ ਟਾਈਮ ਕਰਨਾ ਹੋਵੇ ਡੀਲ, ਉਹਦੇ ਵਿੱਚੋਂ ਜੇ 5 ਬੰਦਿਆਂ ਨੂੰ ਆਥੋਰਾਈਜ਼ ਕਰ ਦੇਣ ਉਹਨਾਂ ਨਾਲ ਇਦਾਂ ਦਾ ਕੁਛ ਮਤਲਬ ਆਲਟਰਨੇਟਿਵ ਨਹੀਂ ਹੋ ਸਕਦਾ? ਹੋ ਸਕਦਾ ਜੇ ਟਰਸਟ ਹੋਊਗਾ ਤਾਂ ਹੀ ਹੋਊਗਾ। ਇਹਨਾਂ ਨੇ 5 ਬੰਦਿਆਂ ਨੂੰ ਤਾਂ ਆਥੋਰਾਈਜ਼ ਕੀਤਾ ਹੋਇਆ, 5 ਹੀ ਬੋਲਦੇ ਆ, 5 ਹੀ ਗੱਲ ਕਰਦੇ ਆ, ਬਾਕੀ 26 ਨਾਲ ਬੈਠ ਕੇ ਉਹਨਾਂ ਨੂੰ ਵਾਚ ਕਰਦੇ ਆ। ਚਲੋ ਅਖੀਰ ਜੇ ਤੁਸੀਂ ਮੋਦੀ ਸਾਹਿਬ ਨੂੰ ਇੱਕ ਅਪੀਲ ਕਰਦੇ ਹੋ ਕਿਉਂਕਿ ਉਹ ਕੁਛ ਵਡੱਪਣ ਵੀ ਦਿਖਾਉਣ, ਅਹੁਦਾ ਵੀ ਉਹਨਾਂ ਕੋਲ ਵੱਡਾ ਹੈਗਾ, ਇਹਨਾਂ ਕਿਸੇ ਤਰੀਕੇ ਨਾਲ ਇਹਨੂੰ ਮਸਲਾ ਸੋਲਵ ਕਰਨ। ਨਾ ਜਾਣੇ ਮੋਦੀ ਸਾਹਿਬ ਕਿਸ ਮਿੱਟੀ ਦੇ ਬਣੇ। ਦੇਖੋ ਕੋਈ ਵੀ ਬੰਦਾ ਲੀਡ ਕਰਦਾ ਹੋਵੇ ਨੇਸ਼ਨ ਨੂੰ, ਹਾਂਜੀ, ਐਸੇ ਐਸੇ ਹਾਲਾਤ ਦੇ ਵਿੱਚੋਂ ਸਿਚੁਏਸ਼ਨ ਦੇ ਵਿੱਚੋਂ ਆਲਟਰਨੇਟ ਰੂਟ ਨਾ ਕੱਢੇ, ਮੈਂ ਕਹੂੰਗਾ ਲੀਡਰਸ਼ਿਪ ਦਾ ਨੁਕਸ ਹੈ। ਐਜੂਕੇਸ਼ਨ ਇਸ ਨੂੰ ਪਾਸੇ ਛੱਡ ਦੋ, ਕਾਨੂੰਨ ਚੰਗੇ ਆ ਕਾਨੂੰਨ ਮਾੜੇ ਆ ਪਾਸੇ ਛੱਡੋ। ਬਿਲਕੁਲ ਬਿਲਕੁਲ। ਜਦ ਇੰਨੀ ਐਡਾਮੈਂਟਿਕ ਸੁਸਾਇਟੀ ਹੋ ਗਈ ਹੈ, ਇੰਨੀ ਇਮੋਸ਼ਨਲ ਹੋ ਗਈ ਹੈ, ਬੱਚਾ ਬੱਚਾ ਵਿੱਚ ਇਨਵੋਲਵ ਹੋਇਆ ਹੋਇਆ, ਟਰਾਈ ਟੂ ਅੰਡਰਸਟੈਂਡ ਸੈਂਟੀਮੈਂਟਸ ਆਫ ਪੀਪਲ, ਉਹ ਤੁਹਾਡਾ ਲੌਜਿਕ ਸੁਣਨ ਨੂੰ ਤਿਆਰ ਨਹੀਂ ਹੈ। ਲੌਜਿਕ ਸੁਣਾਉਣ ਲਈ ਮਾਹੌਲ ਬਣਾਉਣ ਲਈ ਤੁਹਾਡੇ ਵੱਲੋਂ ਸਟੈਪ ਚਾਹੀਦਾ ਹੈ। ਮੈਂ ਅੱਗੇ ਵੀ ਕਿਹਾ ਸੀ ਕਿ ਪੰਜਾਬ ਹਰਿਆਣੇ ਨੂੰ ਪਲੀਜ਼ ਇਸ ਫਾਰਮ ਲੌਸ ਤੋਂ ਫਿਲਹਾਲ ਮਾਫ ਕਰ ਦਿਓ, ਮੋਰੀਟੋਰੀਅਮ ਚ ਰੱਖ ਦਿਓ ਪੰਜਾਬ ਹਰਿਆਣੇ ਲਈ, ਇਹਨਾਂ ਨੂੰ ਘਰ ਜਾਣ ਦਿਓ, ਉਹਦੇ ਬਾਅਦ ਆਰਾਮ ਨਾਲ ਬੈਠ ਕੇ ਸੰਜੀਦਗੀ ਦੇ ਨਾਲ ਇਹਨਾਂ ਨੂੰ ਮਨਾਓ, ਕੁਛ ਤੁਸੀਂ ਬਣ ਜਾਓ ਕੁਛ ਉਹ ਬਣ ਜਾਣ, ਤਾਂ ਫਿਰ ਹੱਲ ਨਿਕਲਿਓ, ਕੋਈ ਲੰਬੀ ਚੌੜੀ ਗੱਲ ਨਹੀਂ। ਬੜਾ ਵੱਡਾ ਬੰਗਾਰ ਹੈਗਾ, ਇਹ ਗਵਰਨਮੈਂਟ ਦਾ ਵੀ ਆਖਰੀ ਸਾਲ ਹੈਗਾ,
की कहना चाहते हो कि मैं यह कुछ पंजाब इंडस्ट्रीज आर विद फुल ऑर्डर्स। हाँ जी पंजाब इंडस्ट्री दे विच इंटरनेशनल मार्केट चो भी उन्हां ते फुल फेथ है। पंजाब कोल 40% लेबर घट है इंडस्ट्री कोल, फिर भी वह काम पूरा कर रहे हैं। यह रब दे वास्ते आ, पंजाब दा माहौल सुधर जावे जरूर पंजाब दी इकोनमी भी राइज करूगी। असी पिछे नहीं रह सकते, असी पास्ट भी गए हैं, पर इहदे लई गवर्नमेंट नूं भी साथ देना पैना है। ये पोलिटिकल गेम्स खेडनियां बंद कर दिओ, पंजाब दे हित लई सोचना शुरू कर दिओ। तो ये बहुत सोहना मैसेज दिता है, पोलिटिक्स अपनी जगह, लेकिन पहले नंबर ते जिहड़े भी मौके दे पोलिटिशियन आ अफसर हैगे आ ਉਹ ਪੰਜਾਬ ਦੀ ਡਿਵੈਲਪਮੈਂਟ ਲਈ ਜਾਂ ਜਿਹੜੇ ਵੀ ਸਟੇਟ ਜੇ ਉਹਦੇ ਬਾਰੇ ਸੋਚਣੇ, ਪੋਲਿਟਿਕਸ ਪਹਿਲੇ ਨੰਬਰ ਤੇ ਨਾ ਲੈ ਕੇ ਆਉਣ, ਫਿਰ ਪੰਜਾਬ ਅੱਗੇ ਸੁਧਰ ਸਕਦਾ। ਟਾਂਡਾ ਸਾਹਿਬ ਤੁਸੀਂ ਸਾਡੇ ਨਾਲ ਆਨਲਾਈਨ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।